ਫਰੈਂਡ ਨੇ ਕੋਈ ਕਿੰਨਾ ਸੋਹਣਾ ਦਿੱਤਾ ਨਾ, ਕਿੱਡਾ ਸੋਹਣਾ ਪਰਾਂਦਾ ਮੇਰੀ ਧੀ ਦਾ ਨਾ, ਨਾਨੀ ਕਿੰਨਾ ਸੋਹਣਾ ਲੱਗਦਾ ਹੈ, ਮੇਰਾ ਟਾਈਮ ਪਾਸ ਨਹੀਂ ਹੋਣਾ, ਆਪਾਂ ਬੋਲੀ ਆਪਾਂ ਕਿ ਨੱਚੀਏ, ਹਾਂ ਪਾਈਏ ਬੋਲ ਗਏ ਆਪਾਂ, ਹਾਂ ਚੱਲ ਫਿਰ ਤੂੰ ਪਾਉਣੀ ਕਿ ਮੈਂ ਪਾਵਾਂ, ਤੁਸੀਂ ਪਾਓ ਮੈਂ ਪਾਵਾਂ, ਚੱਲ ਪਾਵਾ ਬੋਲੀ, ਹਰੇ ਹਰੇ ਕਾ ਉੱਤੇ ਸੱਪ ਫੂਕਾ ਮਾਰਦਾ, ਭੱਜੋ ਵੀਰੋ ਵੇ ਬਾਪੂ ਕੱਲਾ ਮੱਝਾਂ ਚਾਰਦਾ। ਡਾਂਸ ਕਰਨਾ ਤੂੰ ਕਰਦੀ ਹੁੰਦੀ ਹਾਂ, ਕੀ ਗੱਲ ਪੁੱਤ ਕਿਉਂ ਤੂੰ ਘਬਰਾਈ ਜੀ ਆ, ਮੈਨੂੰ ਡਰ ਲੱਗਣ ਡਿਆ ਵਾ, ਕਾਹਦਾ ਡਰ ਲੱਗਦਾ ਪੁੱਤ ਤੈਨੂੰ, ਅਗੇ ਮੰਮਾ ਵੀ ਨਹੀਂ ਆਏ ਵੀ ਤੇ ਨਾਲ ਮੈਨੂੰ ਡਰ ਲੱਗਣ ਡਿਆ ਕਿਤੇ ਚੋਰ ਚੋਰ ਆ ਗਏ, ਤੇ ਚੋਰਾਂ ਨੇ ਸਾਡੇ ਕੋਲ ਪੁੱਤ ਕੀ ਖੜਨਾ ਵਾ, ਗਰੀਬਾਂ ਕੋਲੋਂ ਸਾਡੇ ਕੋਲ ਕੀ ਆ, ਹੈਂ ਜੇ ਆਉਣਗੇ ਤਾਂ ਸਗੋਂ ਚੋਰ ਸਾਨੂੰ ਪੈਸੇ ਦੇ ਕੇ ਜਾਣਗੇ, ਤੇਰੇ ਪਾਪਾ ਦੀ ਇਲਾਜ ਕਰਾਵਾਂਗੇ ਆਪਾਂ ਲੱਤ ਦਾ। ਨਹੀਂ ਨਾਨੀ, ਚੋਰ ਤੁਹਾਡੇ ਕੋਲ ਲੈਣ ਆਉਂਦੇ ਆ, ਉਹ ਥੋੜ੍ਹਾ ਕਿਹਨੂੰ ਦੇ ਕੇ ਜਾਂਦੇ ਆ, ਅਸੀਂ ਉਹਨਾਂ ਕੋਲ ਲਵਾਂਗੇ ਪੁੱਤ, ਡਰੀਦਾ ਨਹੀਂ ਹੁੰਦਾ, ਮੇਰਾ ਪੁੱਤ ਤੇ ਕੋਈ ਡੋਹਰਾ ਹੋ ਗਿਆ ਵਾ, ਐਵੇਂ ਡਰੀ ਜਾਂਦਾ ਤੂੰ, ਹੈਂ ਪਰ ਡਰ ਲੱਗਦਾ, ਮੇਰਾ ਜੀ ਨਹੀਂ ਲੱਗਦਾ ਵੀ ਦੋਵੇਂ ਮੰਮਾ ਪਾਪਾ ਤੋਂ ਬਿਨਾਂ। ਕੋਈ ਨੀ ਪੁੱਤ ਆ ਜਾਣਾ ਵਾ, ਮਾਮਾ ਤੇਰੀ ਨੇ ਹੁਣੇ ਆ ਜਾਣਾ, ਮੈਂ ਆਪ ਵੇਖਣ ਡਈ ਆ, ਉਹ ਤਾਂ ਕਦੋਂ ਦੇ ਗਏ ਆ ਤੇ ਆਏ ਨੀ ਹਜੇ ਤੱਕ, ਤੇ ਆ ਜਾਣਾ ਉਹਨਾਂ ਨੇ ਹੁਣੇ ਹੀ, ਜਾ ਤੂੰ ਨਾ, ਨਹੀਂ ਤੇ ਜਾ ਕੇ ਤਾਂ ਰਜਾਈ ਚ ਲੰਮੀ ਪੈ ਮੇਰੀ ਧੀ, ਹੈ ਠੀਕ ਆ। ਆਹੋ ਦੱਸ, ਮੈਨੂੰ ਤੇ ਆਪ ਟੈਨਸ਼ਨ ਲੱਗੀ ਆ, ਆਈ ਨੀ ਇੰਨਾ ਹਨੇਰਾ ਤੇ ਕਦੀ ਕੀਤਾ ਨਹੀਂ ਗਾ, ਬਗਾਨਾ ਮੁੰਡਾ ਨਾਲ ਖੜਿਆ ਸੀ ਉਹ ਮੰਨੂ ਨੂੰ, ਤੇ ਮੇਰਾ ਤੇ ਆਪਣਾ ਨਹੀਂ ਜੀ ਲੱਗਣ ਡਿਆ, ਮੈਂ ਤੇ ਧੀ ਵਿਆਹੀ ਸੀ ਵੀ ਚੱਲ ਮੈਨੂੰ ਕਿਤੇ ਸੁੱਖ ਮਿਲੂਗਾ, ਮੈਨੂੰ ਤੇ ਇੰਨਾ ਹੋਰ ਦੁੱਖਾਂ ਵਿੱਚ ਪਾਤਾ ਵਾ, ਕੀ ਕਰਾਂ ਮੈਂ ਹੁਣ, ਅਜੇ ਤੱਕ ਆਈ ਨਹੀਂ ਗੀ, ਇੰਨਾ ਹਨੇਰਾ ਤਾਂ ਕਦੀ ਉਹਨੇ ਕੀਤਾ ਨਹੀਂ ਗਾ ਹੈਗਾ, ਤੇ ਹੁਣ ਮੈਂ ਕੀ ਕਰਾਂ ਦੱਸ, ਕੁੜੀ ਆ ਤੇ ਕੁੜੀ ਵਿਚਾਰੀ ਇਕੱਲੀ, ਉਹ ਵੀ ਤਰਲੇ ਲੈਣ ਡਈ ਆ, ਨਾ ਨਿਆਣੀ ਨੂੰ ਹੁਣ ਮੈਂ ਕੀ ਆਖਾਂ ਦੱਸ, ਹੈਂ ਕੀ ਆ ਧਰਮ ਨਾ, ਮੈਂ ਤਾਂ ਆਪ ਔਖੀ ਕਰ ਦਿੱਤਾ, ਮੈਨੂੰ ਤਾਂ ਇਹਨਾਂ ਨੇ ਬਹੁਤ ਔਖੀਆਂ ਕਰ ਦਿੱਤਾ ਵਾ। ਤੁਸੀਂ ਇੱਥੇ ਬੈਠੇ ਹੋ, ਰੋਟੀ ਖਾ ਲਓ। ਰੋਟੀ ਰੋਜ਼ ਹੀ ਖਾਈਦੀ ਆ, ਫਿਰ ਖਾ ਲੈਂਦੇ ਹਾਂ। ਤਾਂ ਇਹਲੇ ਕੋਕ ਪੀਣ ਦੇ? ਆਹੋ। ਕਿਉਂ ਇਹ ਤਾਂ ਦਿਨੇ ਪੀਦਾ, ਇਹ ਵੇਲੇ ਕਿਤੇ ਰੋਟੀ ਖਾਣੀ ਹੈ ਕਿਤੇ ਆ ਪੀਣਾ ਹੈ? ਇਹ ਦਿਨੇ ਪੀਣ ਵਾਲਾ ਨਹੀਂ, ਇਹ ਵੇਲੇ ਪੀਣ ਵਾਲਾ ਹੈ। ਇਹ ਵੇਲੇ ਪੀਣ ਵਾਲਾ? ਆਹੋ। ਇਹ ਵੱਖਰੀ ਚੀਜ਼ ਹੈ ਕੋਈ? ਇਹ ਕੋਕ ਨੇ ਹੋਰ ਵੈਰਾਈਟੀ ਕੱਢੀ ਹੈ ਵੀ ਰਾਤ ਨੂੰ ਪੀਓ ਕਹਿੰਦੇ। ਮੈਨੂੰ ਕੁਛ ਹੋਰ ਹੀ ਲੱਗਣ ਡਿਆ। ਇਹ ਦੁੱਖ ਤਕਲੀਫਾਂ ਟੈਨਸ਼ਨਾਂ ਸਭ ਦੂਰ ਕਰਦਾ। ਅੱਛਾ, ਫਿਰ ਮੈਂ ਪੀ ਲਾ, ਮੇਰੇ ਵੀ ਦੁੱਖ ਤਕਲੀਫ ਦੂਰ ਹੋ ਜੂਗੀ। ਤੈਨੂੰ ਪਿਆ ਨਾ ਲਵਾਂ ਪਹਿਲਾਂ ਮੈਂ? ਗੁੱਸੇ ਕਾ ਧੋਣ ਡੇ ਹੈਗੀ ਚੀਜ਼ ਹੈ ਇਹ ਕੋਬਰੇ ਦਾ ਜ਼ਹਿਰ ਆ। ਇਹ ਤਾਂ ਮੈਨੂੰ ਹੋਰ ਹੀ ਚੀਜ਼ ਲੱਗਣ ਡਈ, ਇਹਦੇ ਸ਼ਰਾਬ ਵਾ। ਆਹੋ ਸ਼ਰਾਬ ਆ, ਪੀਣ ਡਿਆ। ਇਹ ਕਾ ਤੂੰ ਪੀ ਜਾਣ ਡੇ? ਮੇਰੀ ਮਰਜ਼ੀ ਨਾ, ਆਪਣੀ ਜ਼ਿੰਦਗੀ ਬਰਬਾਦ ਕਰੋ, ਨਾਲ ਤੁਹਾਡੇ ਮੇਰੇ ਵੀ ਜ਼ਿੰਦਗੀ ਬਰਬਾਦ ਹੋ ਜਾਣੀ ਆ। ਅਜੇ ਤੇ ਮੈਂ ਸ਼ੁਰੂ ਕੀਤੀ ਹੈ। ਸ਼ੁਰੂ ਕੀ ਕੀਤੀ ਹੈ? ਇਹ ਫੈਸਲਾ ਤੁਹਾਡਾ ਗਲਤ ਜੇ। ਅੱਗੇ ਕਿੰਨੇ ਕੁ ਮੈਂ ਸੁਣਾਏ ਸਹੀ? ਸਹੀ ਨਹੀਂ, ਮੈਨੂੰ ਪਤਾ ਤੁਸੀਂ ਪਾਪਾ ਜੀ ਇੱਦਾਂ ਤੁਹਾਡੇ ਨਾਲ ਕਰਦੇ ਤੇ ਤੁਸੀਂ ਫੇਰ ਇਹ ਪੀਣ ਲੱਗੇ ਜੇ। ਪਤਾ ਪਾਪੇ ਦੀ ਯਾਦ ਨਾ ਮੈਨੂੰ ਦਵਾਇਆ ਕਰ ਰਿਹਾ ਵੇਲੇ। ਉਹ ਬੜੀ ਮਾੜੀ ਚੀਜ਼ ਰਿਹਾ ਯਾਰ, ਉਹ ਪਤਾ ਨਹੀਂ ਕਿਹੜਾ ਮਨਹੂਸ ਦਿਨ ਸੀ ਜਦੋਂ ਇਹ ਮੇਰਾ ਪਿਓ ਬਣਿਆ।
ਵੇਖਲੋ ਆਹ ਕੰਮ ਨਾ ਕਰਿਓ, ਮੇਰੀ ਜ਼ਿੰਦਗੀ ਬਰਬਾਦ ਹੋ ਜਾਣੀ। ਤੁਸੀਂ ਕੁਛ ਸੋਚਿਆ ਤਾਂ ਕਰੋ ਥੋੜ੍ਹਾ ਬਹੁਤਾ। ਦੇਰੀ ਕਿੱਦਾਂ ਹੋ ਜਾਣੀ, ਪੀਣ ਤਾਂ ਮੈਂ ਡਿਆ। ਤੇ ਫਿਰ ਤੁਸੀਂ ਪੀਓਗੇ ਤਾਂ ਦੁੱਖ ਤਾਂ ਮੈਨੂੰ ਹੀ ਹੋਣਾ ਨਾ। ਤੈਨੂੰ ਕਾਹਦਾ ਦੁੱਖ ਹੋਣਾ ਵਾ, ਜੋ ਕਰੂਗੀ ਮੈਨੂੰ ਕਰੂਗੀ। ਨਹੀਂ ਨਾ ਕਰੂਗੀ ਯਾਰ, ਮੈਨੂੰ ਆਹ ਚੰਗਾ ਨਹੀਂ ਲੱਗਦਾ ਕੰਮ। ਚੰਗਾ ਨਹੀਂ ਲੱਗਦਾ ਇੱਥੇ? ਚੰਗਾ ਤਾਂ ਮੇਰਾ ਕੰਮ ਕਿਸੇ ਨੂੰ ਵੀ ਨਹੀਂ ਲੱਗਦਾ। ਨਹੀਂ ਪਰ ਤੁਹਾਡਾ ਆਹ ਫੈਸਲਾ ਮੈਨੂੰ ਬਿਲਕੁਲ ਨਹੀਂ ਚੰਗਾ ਲੱਗਦਾ। ਨਾ ਉਹ ਬੁੱਢੇ ਨੂੰ ਚੰਗਾ ਲੱਗਦਾ, ਨਾ ਤੈਨੂੰ ਚੰਗਾ ਲੱਗਦਾ। ਉਹ ਤਾਂ ਹੈ ਹੀ ਇੱਦਾਂ ਦੀ, ਉਹਨਾਂ ਨੂੰ ਸਮਝਾਉਣ ਦਾ ਕੋਈ ਫਾਇਦਾ ਹੀ ਨਹੀਂ ਹੈਗਾ। ਪਰ ਤੁਸੀਂ ਤਾਂ ਸਿਆਣੇ, ਤੁਸੀਂ ਤਾਂ ਸਮਝ ਦਿਓ। ਸਮਝ ਜਾਓ ਇੱਥੇ। ਤੁਸੀਂ ਇਹ ਨਾ ਪੀਓ, ਜੇ ਤੁਸੀਂ ਕਹਿੰਦੇ ਹੀ ਹੋ ਤਾਂ ਅਸੀਂ ਹੋਰ ਕਿਤੇ ਚੱਲ ਜਾਂਦੇ। ਜੇ ਤੁਸੀਂ ਇੰਨਾ ਹੀ ਭਾਪਾ ਜੀ ਦਾ ਤੁਹਾਨੂੰ ਦੁੱਖ ਆ ਨਾ, ਵੀ ਤੁਹਾਨੂੰ ਮਾੜਾ ਚੰਗਾ ਕਹਿੰਦੇ, ਆਪਾਂ ਚੱਲੇ ਜਾਂਦੇ ਕਿਤੇ ਹੋਰ ਕਿਤੇ। ਇਹ ਨਾ ਪੀਓ, ਹੋਰ ਖੂਨ ਪੀਵਾਂ? ਤੁਸੀਂ ਮੇਰਾ ਖੂਨ ਪੀਣਾ ਬਾਅਦ 'ਚ, ਤੇਰਾ ਪੀਣਾ ਖੂਨ ਇੱਥੇ ਬਾਅਦ 'ਚ। ਜਾ ਚੱਲ ਜਾ ਇੱਥੋਂ। ਨਾ ਪੀਓ, ਵੇਖ ਲਓ ਤੁਹਾਡੇ ਕਿਹੜੀ ਹੱਥ ਜੋੜਦੀ, ਨਾ ਕਰੋ ਇਹ ਕੰਮ। ਜਿੰਨਾ ਬੁੱਢੇ ਨੇ ਮੈਨੂੰ ਦੁਖੀ ਕੀਤਾ ਹਨ, ਰੋਜ਼ ਦਿਹਾੜੀ ਕਲੇਸ਼, ਰੋਜ਼ ਦਿਹਾੜੀ ਕਲੇਸ਼। ਉਹਨੂੰ ਕਹਿੰਦਾ ਮੇਰੇ ਸਾਹਮਣੇ ਨਾ ਜਦੋਂ ਬਿਸਤਰਾ ਬੁਸਤਰਾ ਦਾ ਵਿਛਾ ਦੋ ਉਧਰ। ਦੇਖ ਲਓ ਆਹ ਕੰਮ ਨਾ ਕਰੋ, ਮੇਰੇ ਗੋਡੀ ਹੱਥ ਨਾ ਲਾ, ਸਾਥ ਨਹੀਂ ਮੈਂ। ਤੇ ਸਾਥ ਹੀ ਹੈ ਤੁਸੀਂ ਮੇਰੇ ਵਾਸਤੇ, ਲੈ ਕੇ ਨਾ ਬਹਿ ਜਾਈ ਗੋਡੇ ਮੇਰੇ। ਨਹੀਂ ਕੁਛ ਹੁੰਦਾ, ਹੁੰਦਾ ਨਹੀਂ ਆ। ਦੇਖ ਲਓ ਯਾਰ, ਹਾਏ ਉਹ ਬੋਤਲ ਰੱਖੀ। ਕਿੱਥੇ ਬੋਤਲ? ਉਹ ਕੀ ਆ? ਵਧੀਆ ਤੇ ਵਧੀਆ ਹੈ ਤੇ ਸ਼ਰਾਬ ਹੀ ਹੈ ਨਾ। ਤੂੰ ਕਿੱਦਾਂ ਬੋਤਲ ਕਹਿਤਾ? ਸਜ਼ਾ ਦੇਣ ਡਿਆ ਮੈਨੂੰ ਤੂੰ, ਸਜ਼ਾ ਦੇਣ ਡਿਆ ਤੈਨੂੰ। ਤੁਰਦੀ ਬਣ ਇੱਥੋਂ। ਪਹਿਲਾਂ ਪਰਮਾਤਮਾ ਨੂੰ ਹੀ ਧਿਆਲਾ, ਉੱਠਦਿਆਂ ਹੀ ਫੋਨ ਫੜ ਲਿਆ। ਰਣਜੋਤ ਵੀਰ ਦੇ ਇੰਨੇ ਮੈਸੇਜ, ਮਨਜੋਤ ਦੀ ਗੱਡੀ ਦੀਆਂ ਫੋਟੋਆਂ। ਲੈ ਦੱਸ, ਆਹ ਸੁੱਖ ਦੀ ਫੋਟੋ ਕਾਹਤੇ ਪਾਈ ਜਾਂਦੀ ਮੈਨੂੰ? ਸਕੂਟਰੀ ਵੀ ਸੁੱਖ ਦੀ ਆ, ਪੂਰਾ ਪਤਾ ਲੱਗਣ ਡਿਆ ਸੁੱਖ ਵਾ। ਕੱਖ ਹਾਲ ਨਹੀਂ, ਕਿਸੇ ਦੇ ਉੱਤੇ ਕੰਮ ਸੁੱਟਣਾ ਵੀ ਕੀ ਆ। ਕਿਹਾ ਕਿ ਮਨਜੋਤ ਦਾ ਪਤਾ ਲਾਓ ਕਿੱਥੇ ਆ, ਅਤੇ ਉਹ ਪੁਰਾਣੀਆਂ ਹੀ ਫੋਟੋਆਂ ਪਾਈ ਜਾਣ ਡੇ ਆ। ਸੁੱਖ ਨੂੰ ਦੱਸ ਮੈਂ ਕੀ ਕਹਿਣਾ, ਕਿੰਨੀ ਵਾਰੀ ਤਾਂ ਉਹਨੂੰ ਮਿਲੀ ਆ, ਉਹ ਕਿਹੜਾ ਕੋਈ ਗੱਲ ਦਾ ਮੂੰਹ ਸਿਰ ਫੜਾਉਂਦੀ ਆ। ਕੋਈ ਫਾਇਦਾ ਨਹੀਂ ਹੈਗਾ, ਡੈਡੀ ਨੂੰ ਫੋਨ ਲਾਉਂਦੀ ਹਾਂ ਵੀ ਇਹ ਰਣਜੋਤ ਵੀਰ ਕੋ ਵੀ ਨਹੀਂ ਹੱਲ ਹੋਣਾ ਕੁਛ। ਸਤਿ ਸ਼੍ਰੀ ਅਕਾਲ ਡੈਡੀ ਜੀ। ਹਾਂ ਠੀਕ, ਕਦੇ ਹੋਣੇ ਆ? ਕਿੱਥੋਂ ਪਤਾ ਲੱਗਾ ਡੈਡੀ ਜੀ ਕੁਛ ਵੀ? ਨਾਲੇ ਉਹਨੂੰ ਪਛਾਣ ਕੇ ਮੈਂ ਕੀ ਕਰਾਂ, ਉਹ ਤਾਂ ਮੈਨੂੰ ਪਹਿਲਾਂ ਹੀ ਪਤਾ ਵਾ। ਉਹਨੂੰ ਤਾਂ ਮੈਂ ਮਿਲ ਕੇ ਆਈ ਹਾਂ, ਸੁੱਖ ਹੀ ਆ, ਤੁਹਾਨੂੰ ਦੱਸਿਆ ਤਾਂ ਹੈਗਾ ਵਾ। ਆਹੋ ਸਟਾਫ ਮੈਂਬਰ ਵਾਲੀ ਕਿ ਹੋਰ ਕੇ ਆਉਣਾ। ਆਹੋ ਤੇ ਮੈਂ ਦੱਸ ਬਾਰ ਬਾਰ ਉਹਦੀਆਂ ਫੋਟੋਆਂ ਘੱਲਦੀਆਂ ਬੇਫਜੂਲੀਆਂ ਜੀਆਂ। ਉਹ ਤਾਂ ਮੈਨੂੰ ਅੱਗੇ ਪਤਾ ਵੀ ਉਹਦੇ ਆਫਿਸ ਵਿੱਚ ਕੰਮ ਕਰਦੀ ਆ, ਉਹਨੂੰ ਮੈਂ ਮਿਲੀ। ਫਿਰ ਜਿੰਨੇ ਸਟਾਫ ਮੈਂਬਰ ਤੁਹਾਨੂੰ ਪਤਾ ਤਾਂ ਹੈਗਾ ਆਫਿਸ ਜਾਣ ਦੀ, ਸਾਰਿਆਂ ਨੂੰ ਮੈਂ ਮਿਲਣੀ ਆ।
ਆਹੋ ਤੇ ਪਤਾ ਤੇ ਇਹ ਲਾਉਣਾ ਨਾ ਵੀ ਗੱਡੀ ਦੇ ਵਿੱਚ ਨਾਲ ਕੌਣ ਬੈਠਾ ਵਾ, ਜਿਹਨੂੰ ਫੜਨਾ ਉਹਨੂੰ ਤੁਸੀਂ ਫੜ ਨਹੀਂ ਡੇ, ਸੁੱਖ ਨੂੰ ਤੁਸੀਂ ਬਾਰ ਬਾਰ ਉਹਨੂੰ ਮੈਂ ਕੀ ਕਰਾਂ ਦੱਸ। ਡਰ ਜੀ ਕਿੰਨੇ ਕੁ ਦਿਨ ਹੌਂਸਲਾ ਰੱਖ ਲਾਂ ਮੈਂ, ਤੁਹਾਨੂੰ ਪਤਾ ਮੈਂ ਤੇ ਲੋਕਾਂ ਤੋਂ ਡਰਦੀ ਰੋਂਦੀ ਵੀ ਨਹੀਂ ਆ, ਵੀ ਲੋਕਾਂ ਨੇ ਕਹਿਣਾ ਇਹਦੇ ਲਾਗੇ ਕੀ ਬਣਾ, ਇਹ ਰੋਂਦੀ ਰਹਿੰਦੀ ਰੋਂਦੀ ਰਹਿੰਦੀ, ਰੋਂਦੇ ਲਾਗੇ ਕੌਣ ਆਉਂਦਾ ਵਾ। ਮੈਂ ਪਤਾ ਨਹੀਂ ਕਿੱਡਾ ਪੱਥਰ ਦਿਲ ਹੋ ਕੇ ਤੁਰੀ ਫਿਰਦੀ ਹਾਂ ਤੇ ਤੁਸੀਂ ਪਰ ਸਮਝਣ ਨਹੀਂ ਨਾ ਡੇ। ਹਾਂ ਉਹ ਤੇ ਮੈਨੂੰ ਪਤਾ ਵਾ ਬੰਦੇ ਦੇ ਦਿਲ ਤੇ ਜਨਾਨੀ ਦੇ ਦਿਲ 'ਚ ਬੜਾ ਫਰਕ ਹੁੰਦਾ ਵਾ, ਪਰ ਹੁਣ ਮੈਂ ਇਹ ਤੋਂ ਵੱਧ ਪੱਥਰ ਕੀ ਰੱਖ ਲਾਂ ਮੈਂ। ਤੇ ਹੋਰ ਤੁਸੀਂ ਜਿਹੜਾ ਕੰਮ ਆ ਉਹਨੂੰ ਵੀਰ ਨੂੰ ਕਹੋ ਵੀ ਜਿਹਨੂੰ ਫੜਨਾ ਤੁਸੀਂ ਉਹ ਮੁੱਦੇ ਤੇ ਪਹੁੰਚ। ਪਾਰਟੀ ਪਾਰਟੀ ਦਾ ਨਹੀਂ ਮੈਨੂੰ ਪਤਾ ਵੀ ਪਾਰਟੀ ਕੀਤੀ ਕਿ ਕੀ ਕੀਤਾ ਸੀ, ਜਿਹੜਾ ਲਾਗੇ ਢਾਬਾ ਸੀਗਾ। ਆਹੋ ਤੇ ਸੁੱਖ ਵੀ ਕਹਿੰਦੀ ਸੀ ਵੀ ਮੈਂ ਹਿਸਾਬ ਕਿਤਾਬ ਦੇਣਾ ਸੀਗਾ ਸਾਨੂੰ, ਤੇ ਮੈਂ ਦੇ ਕੇ ਤੇ ਮੈਂ ਚੱਲ ਗਈ ਸੀਗੀ। ਤੇ ਹੋਰ ਹੋਰ ਇਹ ਤੋਂ ਵੱਧ ਉਹਨੂੰ ਕੀ ਪੁੱਛੀ ਜਾਵਾਂ, ਉਹ ਤੇ ਉੱਥੇ ਆਪਣੇ ਘਰੇ ਰਹਿਣ ਡੀ ਆ, ਸਗੋਂ ਉਹਦੇ ਹਸਬੈਂਡ ਦੀ ਲੱਤ ਟੁੱਟੀ ਆ ਤੇ ਉਹ ਸਗੋਂ ਫਿਕਰਾਂ 'ਚ ਪਈ ਆ। ਤੇ ਹੋਰ ਉੱਧਰ ਮੈਂ ਉਹਦੇ ਘਰ ਗਈ ਤੇ ਉਹਦੀ ਮਾਂ ਨੂੰ ਪਤਾ ਨਹੀਂ ਕਿੱਦਾਂ ਬੋਲਣਾ ਕਿੱਦਾਂ ਨਹੀਂ ਬੋਲਣਾ, ਉਹ ਇੱਕ ਉਹਦਾ ਘਰ ਵਾਲਾ ਉੱਤੋਂ ਸ਼ੱਕੀ ਜਿਹਾ। ਫਿਰ ਵੀ ਉਹਨੇ ਮੈਨੂੰ ਦੱਸਿਆ ਵੀ ਮੈਡਮ ਇੱਦਾਂ ਵੀ ਇਹਦੀ ਦੂਸਰੇ ਆਫਿਸ ਦੀ ਸੀਗੀ ਕੋਈ ਕੁੜੀ, ਆਹੋ ਤੇ ਜੇ ਪਤਾ ਲਾਉਣਾ ਤਾਂ ਤੁਸੀਂ ਉਹਦਾ ਲਾਓਗੇ, ਨਹੀਂ ਲੱਗਦਾ ਤਾਂ ਫਿਰ ਮੈਨੂੰ ਦੱਸੋ, ਮੈਂ ਫਿਰ ਆਪੇ ਕਰਾਂ ਕੋਈ ਇੰਤਜ਼ਾਮ। ਚੱਲ ਵੇਖ ਲੈਂਦੀ ਹਾਂ। ਚਲੋ ਠੀਕ ਆ, ਨਹੀਂ ਮੈਂ ਉਹਨੂੰ ਵੀਰ ਨੂੰ ਥੋੜ੍ਹਾ ਕੁਛ ਵੀ ਕਹਿਣਾ ਵਾ, ਤਾਂ ਹੀ ਤਾਂ ਮੈਂ ਕਰਕੇ ਤੁਹਾਨੂੰ ਫੋਨ ਲਾਇਆ, ਜੇ ਮੈਂ ਇੰਨਾ ਬੋਲਣਾ ਹੁੰਦਾ ਵੀਰ ਦੇ ਨਾਲ ਤਾਂ ਮੈਂ ਫਿਰ ਉਹਨੂੰ ਫੋਨ ਲਾ ਦੇਣਾ ਸੀ। ਹਾਂਜੀ ਚਲੋ ਠੀਕ, ਚੰਗਾ ਸਤਿ ਸ਼੍ਰੀ ਅਕਾਲ। ਕੁੱਖਾ ਨਹੀਂ, ਪਤਾ ਨਹੀਂ ਕਿੱਦਣ ਪਤਾ ਲੱਗਣਾ ਜਾ ਕੇ, ਟੈਨਸ਼ਨਾਂ ਇੰਨੀ ਮੁੱਕਣ ਡੀਆਂ, ਕਰੇ ਕੀ ਬੰਦਾ। ਆਹਾ ਵੇਖ ਜਲਵੇ ਹੋ ਇਹਦੇ, ਵੇਖ ਕਿੱਦਾਂ ਫਨ ਖਿਲਾਰਦਾ ਈ ਓ, ਇਹਨੂੰ ਹੁਣ ਮੈਂ ਮਾਰਾਂ ਕਿ ਇਹਨੂੰ ਮੈਂ ਛੱਡਦਾ, ਜੇ ਮੈਂ ਮਾਰਦਾ ਵਾਂ ਤਾਂ ਪਾਪ ਲੱਗਦਾ ਅਤੇ ਜੇ ਇਹਨੂੰ ਮੈਂ ਛੱਡਦਾ ਵਾਂ ਤਾਂ ਰਹਿ ਗਲੀਏ ਜਾਂਦਿਆਂ ਕਿਸੇ ਨੂੰ ਵੀ ਡੰਗ ਸਕਦਾ, ਨਿੱਕੇ ਨਿੱਕੇ ਨਿਆਣੇ ਇਹਦੀ ਲੰਘਦੇ ਆ, ਸਾਰਿਆਂ ਦਾ ਦੇਖੋ ਇੱਕ ਬੱਚਾ ਵੈਰ ਅੱਜ ਕੱਲ੍ਹ, ਅਤੇ ਦੁੱਖ ਤਾਂ ਬਹੁਤ ਲੱਗਦਾ, ਅਤੇ ਜੇ ਇਹਨੇ ਕਿਸੇ ਨੂੰ ਡੰਗ ਦਿੱਤਾ ਤਾਂ ਫਿਰ ਹੁਣ ਕੀ ਕਰਾਂ ਮੈਂ ਇਹਨੂੰ, ਹੈਂ ਫਨ ਵੇ ਕਿੱਦਾਂ ਖਿਲਾਰਦਾ ਹੀ ਉਹ, ਹੈ ਤਾਂ ਰੱਬ ਦਾ ਹੀ ਜੀ ਆ, ਜੀ ਤਾਂ ਨੀਗਾ ਕਰਦਾ ਮਾਰਨ ਨੂੰ, ਪਰ ਇਹਨੇ ਵੀ ਮੇਰਾ ਰਾਹ ਰੋਕਿਆ ਅਤੇ ਮੰਮੀ ਲੰਘਣਾ। ਹੈਂ ਇਹ ਕਿੱਥੇ ਚੱਲ ਗਿਆ, ਇਹ ਕਿੱਧਰ ਵੜ ਗਿਆ ਵਾ, ਲੈ ਧਰਤੀ ਵੇਲ ਦੇ ਗਈ ਇਹਨੂੰ, ਫਿਰ ਚੱਲ ਗਿਆ ਉਹ। ਆਹ ਹਾ 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 ਵੇ ਇਹਨਾਂ ਦਾ ਵੀ ਰੱਬ ਰੱਖਾ ਓਏ,
ਵੇਂਦਿਆਂ ਵੇਂਦਿਆਂ ਅੱਖਾਂ ਦੇ ਸਾਹਮਣੇ ਘੱਟਾ ਪਾ ਗਿਆ ਈ ਓ। ਚੱਲ ਛੱਡ ਮਨਾ, ਤੈਨੂੰ ਇਹਨੇ ਰਾਹ ਦੇ ਦਿੱਤਾ ਵਾ, ਤੂੰ ਇਹਨੂੰ ਕੀ ਕਹਿਣਾ ਵਾ। ਉਹ ਆਪਣੇ ਕੰਮ ਚੱਲ ਗਿਆ, ਤੂੰ ਆਪਣੀ ਸੈਰ ਸਪੱਟੇ 'ਤੇ ਚੱਲ। ਆਹ ਚੱਲ, ਭਲਾ ਕਰੇ ਰੱਬ ਤੇਰਾ ਭਾਊ। ਆਹ ਫਿਰ ਬੰਦਾ ਸੈਰ 'ਤੇ ਨਿਕਲੇਗਾ, ਕਿੰਨਾ ਮਜ਼ਾ ਆਉਂਦਾ। ਦਾਤਾਂ ਨੂੰ ਤੋੜਨੀ ਸੀ, ਕਿੱਥੋਂ ਤੋੜਾਂ, ਆਹ ਤੋੜ ਦੇਣਾ ਇੱਥੋਂ। ਹੁਣ ਅੱਜ ਕੱਲ੍ਹ ਕੌਣ ਦਾਤਣਾ ਕਰਦਾ ਜੀ? ਉਹ ਕੋਲਗੇਟਾਂ ਜਿਹੀਆਂ ਆ ਗਈਆਂ, ਮਾੜੀ ਜਿਹੀ ਬੁਰਸ਼ 'ਤੇ ਲਾਉਂਦੇ ਚੱਲ ਐਂ ਕਰ ਦਿੰਦੇ ਆ। ਇਹਦੇ ਨਾਲ ਤਾਂ ਦੰਦ ਦੀ ਜਿਹੜੀ ਆ ਵੀ ਚਮਕ ਵੀ ਵੱਧ ਬਣਦੀ ਆ, ਅਤੇ ਨਾਲੇ ਮੂੰਹ ਦੀ ਵਰਜਿਸ਼ ਹੋ ਜਾਂਦੀ ਆ। ਕਿੱਦਾਂ ਲੋਕਾਂ ਨੇ ਗੰਨੇ ਚੂਪਣੇ, ਦਾਣੇ ਚੱਬਣੇ ਅਤੇ ਛੱਲੀਆਂ ਚੱਬਣੀਆਂ, ਦਾਤਣਾ ਕਰਨੀਆਂ, ਅਤੇ ਮੂੰਹ ਦੀ ਵਰਜਿਸ਼ ਹੁੰਦੀ ਸੀ, ਕੋਈ ਮੂੰਹ ਕੋਈ ਦੰਦ ਦਰਦ ਨਹੀਂ ਕਰਦਾ। ਹੁਣ ਅੱਜ ਕੱਲ੍ਹ ਕੋਈ ਨਹੀਂ। ਸੱਪ ਦਾ ਤਾਂ ਡਰ ਹੀ ਬੜਾ ਹੁੰਦਾ ਉਸ ਤਰ੍ਹਾਂ ਦੇ। ਚਲੋ ਉਹ ਗਿਆ ਹੁਣ ਆਪਣੇ ਵਤਨਾਂ ਨੂੰ, ਅਸੀਂ ਚਲੀਏ ਹੁਣ ਆਪਣੇ ਵਤਨਾਂ ਨੂੰ। ਪਹਿਲਾਂ ਮੋਰ ਵੀ ਇੱਥੇ ਤੁਰਿਆ ਫਿਰਨ ਡਿਆ ਜੀ। ਅੱਜ ਕੱਲ੍ਹ ਜਾਨਵਰ ਵੀ ਨਾ ਇੱਕ ਦੂਜੇ ਨਾਲ ਦੋਸਤੀ ਨਿਭਾਉਣ ਡੈ ਪਏ ਆ। ਕੁੱਤੇ ਨੇ ਬਿੱਲੀ ਨਾਲ ਦੋਸਤੀ ਕਰ ਲਈ ਆ, ਬਿੱਲੀ ਨੇ ਚੂਹੇ ਨਾਲ ਦੋਸਤੀ ਕਰ ਲਈ ਆ, ਆ ਮੋਰ ਨੇ ਸੱਪ ਨਾਲ ਦੋਸਤੀ ਕਰ ਲਈ ਆ। ਆਉਂਦੇ ਜਿੱਥੇ ਮੋਰ ਹੋਵੇ ਉੱਥੇ ਸੱਪ ਨਹੀਂ ਆਉਂਦੇ। ਆਹ ਵੇਲਾ ਇਕੱਠੇ ਹੋ ਗਏ ਜੀ, ਜਾਨਵਰ ਵੇਲਾ ਇਕੱਠੇ ਹੋ ਗਏ ਆ, ਪਰ ਇਨਸਾਨ ਨਹੀਂ ਇੱਕ ਦੂਜੇ ਦੇ ਨਾਲ ਰਹਿੰਦਾ ਰਲ ਕੇ। ਆਪਣੇ ਘਰ ਦੇ ਜੰਮੇ ਨਹੀਂ ਇੱਕ ਦੂਜੇ ਨਾਲ ਰਹਿਣ ਡੇ, ਤਾਂ ਕਿਸੇ ਨੇ ਕੀ ਕਹਿਣਾ, ਕਿਸੇ ਦੀਆਂ ਕੀ ਗੱਲਾਂ ਕਰਨੀਆਂ। ਆ ਪੁੱਤ ਕੁ ਪੁੱਤ ਬਣ ਗਏ ਆ, ਮਾਪੇ ਕੁ ਮਾਪੇ ਨਹੀਂ ਬਣ ਸਕਦੇ। ਮਨਾ ਤੂੰ ਹੁਣ ਇੱਦਾਂ ਕਰ ਵੀ ਨਾ ਕਹਿ ਕੁਛ ਵੀ ਸੋਨੂੰ ਨੂੰ, ਇਹ ਵਿਗੜ ਚੁੱਕਾ ਹੁਣ। ਜੇ ਤਾਂ ਆਪਣੇ ਘਰ 'ਚੋਂ ਲੜਾਈ ਮੁਕਾਉਣੀ ਚਾਹੁੰਦਾ ਨਾ, ਤੂੰ ਨਾ ਕਹਿ ਕੁਛ ਨਹੀਂ, ਕੁਛ ਵੀ ਹੁਣ ਨਹੀਂ ਤੇਰੀ ਬੁਗਤ ਹੈਗੀ। ਬੜਾ ਕੁਛ ਆਖ ਕੇ ਵੇਖ ਲਿਆ, ਬੜਾ ਕੁਛ ਕਰ ਲਿਆ, ਨਾ ਹੁਣ ਨਹੀਂ ਗੱਲ ਬਣਨੀ। ਇਹ ਪਹਿਲਾ ਹੀ ਸਮਾਂ ਸੀ ਕਿ ਧੀ ਪੁੱਤ ਨੂੰ ਜੋ ਮਰਜ਼ੀ ਮਾਪਿਆਂ ਨੇ ਕਹਿ ਲੈਣਾ, ਅਤੇ ਧੀ ਪੁੱਤ ਨੇ ਹਾਂਜੀ ਹਾਂਜੀ ਕਰਦੇ ਨੇ ਕਹਿਣਾ ਵੀ ਚੱਲ ਠੀਕ ਆ ਮੈਂ ਕਰਦਾ। ਇੱਦਾਂ ਉਹਨੇ ਸਮਝ ਵੀ ਜਾਣਾ, ਉਹਨੇ ਸੁਧਰ ਵੀ ਜਾਣਾ। ਹੁਣ ਅੱਜ ਤਾਂ ਸਿਰ ਦੇ ਵਾਲਾਂ ਨੂੰ ਪੈਂਦੇ ਧੀ ਪੁੱਤ, ਅਤੇ ਆਪਣੀ ਜੀ ਤਾਂ ਆਪਣੇ ਹੱਥ 'ਚ ਹੀ ਆ। ਇਹ ਨਾ ਹੋਵੇ ਅੱਜ ਗਾੜੀ ਬੋਲਣ ਡਿਆ ਵਾ, ਅਤੇ ਕੱਲ੍ਹ ਨੂੰ ਤੇਰੇ ਵਾਲਾਂ ਨੂੰ ਪੈ ਜੇ, ਤੇਰੇ ਹੱਥ ਨੂੰ ਪੈ ਜੇ, ਤੇਰੀ ਦਾੜੀ ਨੂੰ ਪੈ ਜੇ। ਚੱਲ ਛੱਡ ਪਰਾਂ ਮਨਾ, ਵਾਹ ਕੀ ਕਹਿਣਾ ਲੈਣਾ ਇਹਨਾਂ ਕੋਲ। ਹਾਏ ਹਾਏ,
ਮੰਮੀ ਅੰਦਰ ਇੰਨਾ ਗਿੱਲਾ ਪੋਚਾ ਲਾਇਆ ਏ, ਤੁਸੀਂ ਤੇ ਨਹਾ ਲੈਂਦੇ ਆ ਠੰਡ ਤੇ ਕਹਿ ਰਹਿੰਦੀ। ਸ਼ਰਾਬ ਜੀ ਆ ਤੇ ਬੁਰਾ ਲੱਗਦਾ ਹੈਗਾ ਤੇ ਮੈਂ ਕਿਹਾ ਚੱਲ ਮੈਂ ਲਾ ਹੀ ਦਿੰਨੀ ਆ, ਦੋ ਤਿੰਨ ਦਿਨ ਹੋਏ ਸੀ ਅੱਗੇ ਲਾਏ ਨੂੰ ਤੇ ਤੁਸੀਂ ਮੈਨੂੰ ਦੱਸ ਦਿੰਦੇ ਮੈਂ ਲਾ ਦਿੰਦੀ ਪੋਚਾ। ਚੱਲ ਚੱਲ ਕੋਈ ਨਹੀਂ, ਤੂੰ ਪੁੱਤ ਅੱਗੇ ਬੜੀ ਟੈਨਸ਼ਨ ਵਿੱਚ, ਤੂੰ ਤਿਆਰ ਹੋ ਕੇ ਤਾਂ ਹਸਪਤਾਲ ਜਾ। ਚੱਲ ਕੋਈ ਨਹੀਂ, ਅੰਦਰ ਵੀ ਬਹੁਤਾ ਗਿੱਲਾ ਹੋ ਗਿਆ ਜੀ। ਚੱਲ ਘੜੀ ਧੁੱਪ ਸੇਕ ਲੈਂਦੀ ਆ। I'm here. ਮੇਰੀਆਂ ਵੀ ਨਾ ਲੱਗਦਾ ਅੱਖਾਂ ਖਰਾਬ ਹੋ ਗਈਆਂ, ਅੱਖਾਂ ਚੈੱਕ ਕਰਾ ਕੇ ਆਉਂਦੀ ਹਾਂ। ਦਸ ਰਾਤੀ ਮੈਨੂੰ ਸਰ ਦਿਖੀ ਜਾਂਦਾ ਸੀ ਤੇ ਹੁਣ ਮੈਂ ਹੀ ਦਿਖੀ ਜਾਣ ਡਈ ਮੈਨੂੰ। ਅੱਖਾਂ ਨਹੀਂ ਖਰਾਬ ਹੋਈਆਂ, ਤੇਰਾ ਦਿਮਾਗ ਖਰਾਬ ਹੋਇਆ ਵਾ। ਮੇਰਾ ਦਿਮਾਗ ਖਰਾਬ ਨਹੀਂ ਹੋਇਆ, ਹਾਏ ਮੈਨੂੰ ਕੀ ਦਿਖੀ ਜਾਂਦਾ ਵਾ ਤੇ ਕੀ ਸੁਣੀ ਜਾਂਦਾ ਵਾ, ਅੱਖਾਂ ਖਰਾਬ ਹੋਈਆਂ ਮੇਰੀਆਂ ਲੱਗਦੀਆਂ। ਪਛਾਣ ਮੈਨੂੰ, ਮੈਂ ਤੇਰਾ ਜ਼ਮੀਰ ਵਾ, ਜ਼ਮੀਰ ਜਿਹੜਾ ਕਿ ਤੈਨੂੰ ਚੰਗੀ ਤਰ੍ਹਾਂ ਜਾਣਦਾ ਵਾ ਤੇ ਤੇਰੇ ਤੋਂ ਵੱਧ ਤੈਨੂੰ ਮੈਂ ਜਾਣਦੀ ਆ, ਤੇ ਤੈਨੂੰ ਇਹ ਗੱਲ ਦਾ ਪਤਾ ਹੋਣਾ ਚਾਹੀਦਾ ਵਾ ਕਿ ਤੂੰ ਕੀ ਕੀਤਾ ਵਾ ਤੇ ਕੀ ਨਹੀਂ ਕੀਤਾ। ਹਜੇ ਵੀ ਤੇਰੇ ਕੋਲੋਂ ਮੌਕਾ ਹੀ ਆ, ਦੱਸ ਦੇ ਸਾਰਾ ਕੁਝ ਤੇ ਬਚਾ ਲਾ ਆਪਣੇ ਆਪ ਨੂੰ। ਤੈਨੂੰ ਕਿੰਨੇ ਦਿਨ ਹੋ ਗਏ, ਤੈਨੂੰ ਗਲਤੀ ਦਾ ਅਹਿਸਾਸ ਹੁੰਦਾ ਵਾ ਕਿ ਤੂੰ ਕੀ ਕਰਨ ਡਈ ਆ? ਤੂੰ ਕਦੀ ਆਪਣੇ ਦਿਲ ਦੀ ਸੁਣਦੀ ਆ, ਕਦੀ ਦਿਮਾਗ ਦੀ, ਪਰ ਤੂੰ ਦਿਮਾਗ ਤੱਕ ਤੇ ਪਹੁੰਚਣ ਹੀ ਨਹੀਂ ਦਿੰਦੀ ਗੱਲ ਨੂੰ। ਹੁਣ ਤੇ ਤੂੰ ਇੱਥੇ ਸਾਰਾ ਕੁਝ ਲੁਕਾ ਲਏਂਗੀ ਨਾ, ਤੇ ਜਦੋਂ ਤੂੰ ਮਰ ਗਈ ਤੇ ਤੇਰੀ ਆਤਮਾ ਉੱਤੇ ਚੱਲ ਗਈ, ਜ਼ਮੀਰ ਤੇਰਾ ਜਾਣੀ ਕਿ ਮੈਂ, ਤੇ ਮੈਂ ਪਰਮਾਤਮਾ ਨੂੰ ਕੀ ਦੱਸੂੰਗੀ ਕਿ ਮੈਂ ਕੀ ਕੁਛ ਕਰਕੇ ਆਈ ਤੈਨੂੰ? ਨਹੀਂ ਜੇ ਮੈਂ ਸੱਚ ਦਾ ਸਾਥ ਦੇਤਾ ਤੇ ਮੇਰੀ ਕੁੜੀ ਦਾ ਕੀ ਬਣੂਗਾ, ਮੇਰੀ ਧੀ ਦਾ ਉਹਨੂੰ ਕਿੰਨੇ ਸਾਂਭਣਾ ਵਾ ਫਿਰ? ਆਪਣੀ ਧੀ ਦਾ ਬੜਾ ਫਿਕਰ ਪੈ ਰਿਹਾ ਕਿ ਮੇਰੀ ਧੀ ਨੂੰ ਕੌਣ ਸਾਂਭੂਗਾ, ਤੇ ਉਹਦੇ ਪੁੱਤ ਦਾ, ਉਹਦਾ ਪੁੱਤ ਨਹੀਂ ਰਹਿਣ ਡਿਆ ਉਹਨੂੰ ਕੌਣ ਸਾਂਭੂਗਾ, ਉਹਦੇ ਦੋ ਜਾਣੇ ਰਹਿਣ ਡਿਆ, ਤੇਰੀ ਧੀ ਨੂੰ ਤਾਂ ਫਿਰ ਤੇਰੀ ਮਾਂ ਨਹੀਂ ਸਾਂਭਲੂਗੀ। ਮੇਰੀ ਮਾਂ ਦੱਸ ਕਿੱਦਾਂ ਸਾਂਭੂਗੀ, ਉਹ ਤੇ ਬੁੱਢ ਰਹੀ ਆ, ਉਹਦੇ ਕੋ ਥੋੜੀ ਸਾਂਭਿਆ ਜਾਣਾ ਵਾ ਮੇਰੀ ਧੀ ਕੋ। ਸੁੱਖ ਕੀ ਹੋ ਗਿਆ ਵਾ ਤੈਨੂੰ, ਕੱਲੀ ਗੱਲਾਂ ਕਰੀ ਜਾਣ ਡਈ ਆ ਤੂੰ? ਲੈ ਮੰਮੀ ਕੱਲੀ ਕਿੱਥੋਂ ਗੱਲਾਂ ਕਰਨ ਡਈ, ਮੈਂ ਤਾਂ ਇਹਦੇ ਨਾਲ ਗੱਲਾਂ ਕਰਨ ਡਈ ਆ। ਜ਼ਮੀਰ ਤੇ ਤੇਰਾ ਵਾ ਤੇ ਤੈਨੂੰ ਦਿਖੋ। ਮੈਨੂੰ ਤਾਂ ਕੋਈ ਦਿਖਦਾ ਨਹੀਂ ਇੱਥੇ, ਹੈਂ ਤੇਰੀ ਦਿਮਾਗੀ ਤਾਂ ਹੋ ਗਈ ਆ ਤੈਨੂੰ ਖਾਨੀ ਆ, ਕੀ ਹੋ ਗਿਆ ਤੇਰੇ ਦਿਮਾਗ ਨੂੰ, ਸ਼ੁਦੈਨ ਤਾਂ ਨਹੀਂ ਹੋ ਗਈ ਤੂੰ? ਨਹੀਂ ਮੰਮੀ ਮੈਨੂੰ ਨਾ ਪਤਾ ਨਹੀਂ ਕੀ ਹੋ ਗਿਆ ਜੀ, ਕਦੀ ਮੈਨੂੰ ਕੁਛ ਲੱਭੀ ਜਾਂਦਾ ਤੇ ਕਦੀ ਕੁਛ। ਕੀ ਪਤਾ ਤੇਰੇ ਦਿਮਾਗ ਨੂੰ ਕੀ ਹੋ ਗਿਆ ਧੀਏ, ਪਤਾ ਨਹੀਂ ਮੈਨੂੰ ਤਾਂ ਜਵਾਬ ਦੇ ਵੀ, ਤੂੰ ਟੈਨਸ਼ਨ ਦੇ ਨਾਲ ਹੀ ਸ਼ੁਦੈਨ ਹੋ ਜਾਣਾ ਵਾ। ਮੰਮੀ ਮੇਰੇ ਸਿਰ ਦਰਦ ਵੀ ਬੜੀ ਹੋਣ ਡਈ ਆ, ਮੈਂ ਇਦਾਂ ਜਿੱਦਾਂ ਨਾ ਬੜੇ ਦਿਨਾਂ ਦੀ ਸੁੱਤੀ ਨਹੀਂ ਤੇ ਮੈਂ ਥੱਕੀ ਲੱਗਣ ਡਈ ਆ। ਤਾਂ ਤੂੰ ਇਦਾਂ ਕਰ ਫਿਰ, ਹਾਂਜੀ ਤੂੰ ਸਿਰ ਪਿੰਡੇ ਨਹਾ ਕੇ ਨਾ ਤੇ ਰੈਸਟ ਕਰ ਲਾ ਤੇ ਘੜੀ ਸੌਂ ਜਾ, ਤੇ ਮੈਂ ਚੱਲ ਜਾਂਦੀ ਹਾਂ ਪ੍ਰਾਹੁਣੇ ਦੀ ਰੋਟੀ ਲੈ ਕੇ। ਨਹੀਂ ਤਾਂ ਤੁਸੀਂ ਵੀ ਰਹਿਣ ਦਿਓ ਮੰਮੀ, ਮੇਰੇ ਕੋਲ ਰਹੋ, ਮੈਨੂੰ ਬੜਾ ਹੋਰ ਤਰ੍ਹਾਂ ਹੋਣ ਡਿਆ, ਮੇਰੇ ਸਿਰ ਵੀ ਭੀੜ ਕਰਨ ਡਿਆ, ਮੈਂ ਸਿਰ ਨਾ ਹੁੰਦੀ, ਤੁਸੀਂ ਮੇਰੇ ਸਿਰ ਨੂੰ ਤੇਲ ਲਾ ਕੇ ਦਿਓ। ਤੇ ਫਿਰ ਕੌਣ ਉਹਨੂੰ ਉੱਥੇ ਵੇਖੂਗਾ, ਹੈਂ ਮੈਂ ਜਾਂਦੀ ਤੇ ਨਾਲੇ ਰੋਟੀ ਦੇ ਆਉਂਦੀ, ਰੋਟੀ ਖਵਾ ਲਾਉਂਦੀ ਉਹਨੂੰ, ਤੇ ਰਾਤ ਦੀ ਚਲੋ ਅਸੀਂ ਨਾ ਖੜਦੇ ਤੇ ਉਹਨੂੰ ਮੈਂ ਆਖ ਦਿੰਦੀ ਵੀ ਚੱਲ ਆ ਮੈਂ ਰੋਟੀ ਰੱਖ ਚੱਲੀ ਹਾਂ ਤੇ ਤੂੰ ਖਾ ਲਈ। ਚੱਲ ਫਿਰ ਇੱਦਾਂ ਕਰੋ ਤੁਸੀਂ ਫੜਾ ਕੇ ਫਿਰ ਛੇਤੀ ਆ ਜਿਓ, ਹੈਂ ਛੇਤੀ ਆ ਜਿਓ ਫਿਰ ਫੜਾ ਕੇ। ਆ ਤਾਂ ਤੂੰ ਟੈਨਸ਼ਨ ਨਾ ਲੈ, ਪ੍ਰਾਹੁਣੇ ਨੇ ਠੀਕ ਹੋ ਜਾਣਾ ਵਾ। ਠੀਕ ਆ, ਤੂੰ ਤੇ ਐਵੇਂ ਟੈਨਸ਼ਨ ਲਈ ਜਾਨੀ, ਜੇ ਤੂੰ ਸ਼ੁਦੈਨ ਹੋ ਗਈ ਤੇ ਮੈਂ ਕੀ ਕਰੂੰਗੀ, ਮੈਂ ਤਾਂ ਅੱਗੇ ਬੜੀ ਔਖੀ ਆ। ਨਹੀਂ ਹੁੰਦੀ, ਚੱਲ ਤੁਸੀਂ ਦਿਓ ਰੋਟੀ ਫਿਰ ਮੈਂ ਨਾ ਸਿਰ 'ਚ ਪਾਣੀ ਪਾਉਂਦੀ ਆ। ਕਿੰਨਿਆਂ ਦਿਨਾਂ ਦੀ ਤੂੰ ਦੋ ਟਾਈਮ ਜਾਨੀ ਆ। ਚੱਲ ਕੋਈ ਨਹੀਂ ਮੰਮੀ, ਤੁਸੀਂ ਖੜੋ ਰੋਟੀ ਫਿਰ ਮੈਂ ਨਾ ਸਿਰ 'ਚ ਪਾਣੀ ਪਾਉਂਦੀ। ਮੈਂ ਨਾ, ਤੂੰ ਤੱਤਾ ਪਾਣੀ ਹੈਗਾ ਵਾ ਤੇ ਤੱਤੇ ਪਾਣੀ ਨਾਲ ਨਹਾ ਕੇ ਨਾ ਤੇ ਘੜੀ ਧੁੱਪ ਲੱਗੀ ਤੇ ਲੰਮੀ ਪੈ ਜਾ। ਚੱਲ ਫਿਰ ਮੈਂ ਅੰਦਰੋਂ ਕੱਪੜੇ, ਚੰਗਾ ਮੈਂ ਦੋ ਕੁ ਭਾਂਡੇ ਮਾਂਜ ਕੇ ਤੇ ਫਿਰ ਮੈਂ ਜਾਨੀ ਆ। ਮਾਂਜ ਲਓ। ਆਹੋ ਚੰਗਾ, ਤੇ ਨਹਾ ਤੂੰ।
ਮੇਰੀ ਧੀ ਬਿਮਾਰੀ ਭੈਣ ਆ ਬੀਬੀ ਕੀ ਆਵਾ ਫਿੱਟੇ ਮੂੰਹ ਤੇਰਾ ਮੇਰਾ ਤਾਂ ਤੂੰ ਸ਼ੋਲ ਨਾਸ ਕਰਤਾ ਪੈਰਾਂ ਥੱਲੇ ਦੇ ਕੇ ਬੀਬੀ ਮੈਂ ਸੁੱਤਾ ਹੀ ਜਾ ਗਾ ਤੈਨੂੰ ਤਾਂ ਕਿਤੇ ਅਕਲ ਹੀ ਹੈ ਨਹੀਂਗੀ ਇੱਧਰ ਕੀ ਕਰਨ ਆ ਗਿਆ ਵਾ ਮੈਂ ਨਹੀਂ ਉਤਸ਼ਾਹ ਕਰਨਾ ਉੱਥੇ ਮੱਝਾਂ ਪੱਦ ਬੜੇ ਮਾਰਦੀਆਂ ਵਾ ਹਾਂ ਆਹ ਤਾਂ ਪਹਿਲੀ ਵਾਰ ਸੁਣੀ ਤੇਰੇ ਕੋਲ ਮੈਂ ਗੱਲ ਇੱਦਾਂ ਦੀ ਨਾਲ ਪੋਟੀ ਕਰੀ ਜਾਂਦੀਆਂ ਉੱਥੇ ਨਾਲੇ ਉਹ ਸੱਪ ਵੀ ਹੈਗਾ ਉੱਥੇ ਸੱਪ ਹੋਰ ਕਿਹੜਾ ਸੱਪ ਉੱਥੇ ਬੜਾ ਵੱਡਾ ਉਹ ਮਿਸਰਾਂ ਨੇ ਬੈਠਾ ਰਿਹਾ ਸੱਪ ਹਾਏ ਹਾਏ ਵੇ ਡੰਗਰਾ ਸੱਪ ਤੇ ਕਿਤੇ ਸਿਆਲੀ ਬਾਹਰ ਕਿਤੇ ਕਿਸੇ ਨੂੰ ਦਿਖਦਾ ਵਾ ਕਿਤੇ ਕਿਸੇ ਨੇ ਸੱਪ ਵੇਖਿਆ ਕਦੀ ਇੰਨੀ ਠੰਡ ਦੇ ਵਿੱਚ ਮੇਰਾ ਬਾਥਰੂਮ ਵਿੱਚ ਨਿਕਲ ਗਿਆ ਨਾ ਉਹ ਵੇਖ ਕੇ ਗੱਲ ਉਹ ਐਡਾ ਐਂ ਕਰਦਾ ਹਾਂ ਉਹ ਜੱਬਲੀਆਂ ਨਾ ਮਾਰਿਆ ਕਰ ਬਹੁਤੀਆਂ ਤੈਨੂੰ ਮੈਂ ਦੱਸਾਂ ਬੀਬੀ ਸੱਚੀ ਸੱਚੀ ਹੈਗਾ ਸੱਪ ਕੀ ਕੀ ਆ ਪਾਪਾ ਸੱਪ ਉੱਥੇ ਸੱਪ ਤੇ ਹੁਣ ਮੈਂ ਬਚਿਆ ਮਹਾਂ ਕਿਤੇ ਉਹ ਬਾਹਰ ਨਿਕਲ ਕੇ ਬੈਠਾ ਸੀ ਉਹ ਇੱਥੇ ਗੰਡ 'ਚ ਵੀ ਹੈਗਾ ਵਾ ਇੱਥੇ ਵੀ ਹੈਗਾ ਵਾ ਹਾਂ ਬੜਾ ਵੱਡਾ ਹੀ ਉਹ ਬੀਬੀ ਕੀ ਆ ਇੱਥੇ ਮੈਂ ਚੂੰਡੀਆਂ ਵੜਦਾ ਵਾਂ